ਹੈਲੋ ਜੀ, ਗੁੱਡ ਮਾਰਨਿੰਗ ਦੋਸਤੋ, ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ। ਮੈਂ ਅਰਦਾਸ ਕਰਦੀ ਹਾਂ ਕਿ ਪਰਮਾਤਮਾ ਤੁਹਾਨੂੰ ਅੱਜ ਦੇ ਦਿਨ ਦੇ ਵਿੱਚ ਬਹੁਤ ਸਾਰੀ ਬਰਕਤ ਦੇਵੇ, ਸੰਭਾਲ ਕੇ ਰੱਖੇ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੱਥੇ ਵੀ ਤੁਸੀਂ ਹੈਗੇ ਹੋ ਢੇਰ ਸਾਰੀਆਂ ਖੁਸ਼ੀਆਂ ਦੇਵੇ। ਅੱਜ ਦੇ ਦਿਨ ਦੀ ਸ਼ੁਰੂਆਤ ਕਰਦੇ ਹਾਂ ਚਾਹ ਦੇ ਨਾਲ, ਮੋਰਨਿੰਗ ਟੀ ਤੁਸੀਂ ਵੀ ਪੀਓ। ਅਤੇ ਮੈਂ ਉੱਠ ਕੇ ਚਾਹ ਬਣਾਈ, ਆਪਣੇ ਵਾਸਤੇ ਚਾਹ ਪੀਣ ਲੱਗੀ ਹਾਂ। ਅਤੇ ਬਾਹਰ ਦੇਖਿਆ ਮੌਸਮ ਇੱਕਦਮ ਹੀ ਚੇਂਜ ਹੋ ਗਿਆ, ਕੱਲ੍ਹ ਗਰਮੀ ਬਹੁਤ ਸੀ ਅਤੇ ਅੱਜ ਹੁਣ ਮੀਂਹ ਪੈ ਰਿਹਾ। ਉਹਾ ਮੀਂਹ ਪੈ ਰਿਹਾ, ਵਧੀਆ ਥੋੜ੍ਹਾ ਜਿਹਾ ਆਰਾਮ ਮਿਲਿਆ। ਉਹਾ ਕੱਲ੍ਹ ਤਾਂ ਬਹੁਤ ਜ਼ਿਆਦਾ ਗਰਮੀ ਸੀ। ਉਹਾ ਇੱਥੇ ਫਿਨਲੈਂਡ 'ਚ ਕੋਈ ਪਤਾ ਨਹੀਂ ਲੱਗਦਾ ਕਦੋਂ ਵੈਦਰ ਚੇਂਜ ਹੋ ਜਾਵੇ, ਇੱਕਦਮ ਹੀ ਹੋ ਜਾਂਦਾ। ਪਰ ਮੈਂ ਬੈਕ ਕੈਮਰਾ ਕਰਕੇ ਦਿਖਾਉਂਦੀ ਹਾਂ ਕਿ ਮੀਂਹ ਪੈ ਰਿਹਾ। ਆਹ ਦੇਖੋ, ਤੁਹਾਨੂੰ ਆਵਾਜ਼ ਆ ਰਹੀ ਹੋਣੀ ਹੈ ਮੀਂਹ ਪੈਣ ਦੀ। ਪਹਿਲਾਂ ਤਾਂ ਹੌਲੀ ਹੌਲੀ ਪੈ ਰਿਹਾ ਸੀ, ਹੁਣ ਛੱਤ 'ਤੇ ਡਿੱਗ ਰਿਹਾ ਮੀਂਹ ਅਤੇ ਆਵਾਜ਼ ਆ ਰਹੀ ਹੈ। ਅਖਾ ਮੀਂਹ ਪੈਣਾ ਸ਼ੁਰੂ ਹੋ ਗਿਆ ਇੱਕਦਮ ਵੀ। ਇਹ ਵੀ ਜਦੋਂ ਮੀਂਹ ਪੈਣ ਲੱਗ ਪਿਆ ਫਿਰ ਥੋੜ੍ਹਾ ਵੈਦਰ ਚੇਂਜ ਹੋ ਜਾਂਦਾ। ਔਰ ਟੇਬਲ ਵੀ ਬਾਹਰ ਹੀ ਪਿਆ ਰਹਿ ਗਿਆ, ਭਿੱਜ ਗਿਆ ਉਹ। ਇੱਕ ਸਾਡੀ ਗੱਦੀ ਸੀ ਉਹ ਭਿੱਜ ਗਈ ਆ। ਉਹ ਰਾਤੀ ਅਸੀਂ ਕਾਫੀ ਦੇਰ ਤੱਕ ਬੈਠੇ ਰਹੇ ਬਾਹਰ, ਤੇ ਚੇਤਾ ਹੀ ਨਹੀਂ ਆਇਆ ਵੀ ਚੱਕ ਦੀਏ। ਉਹ ਗੱਦੀ ਸਾਰੀ ਭਿੱਜ ਗਈ ਆ। ਉਹ ਸਾਊਂਡ ਦੀ ਝੜੀ ਲੱਗੀ ਆ। ਬਾਕੀ ਆ ਪੱਤੇ ਵੀ ਪੀਲੇ ਹੋ ਕੇ ਡਿੱਗਣੇ ਸ਼ੁਰੂ ਹੋ ਗਏ ਨੇ ਹੁਣ, ਇਹ ਹੌਲੀ ਹੌਲੀ ਦਰੱਖਤ ਸਾਰੇ ਹੀ। ਜਿਵੇਂ ਜਿਵੇਂ ਸਿਆਲ ਆ ਰਿਹਾ ਤੇ ਹੁਣ ਆਪਾਂ ਦੋਸਤੋ ਬਣਾ ਲੈਂਦੇ ਹਾਂ ਸਬਜ਼ੀ, ਅਤੇ ਮੈਂ ਭੁੰਨ ਰਹੀ ਹਾਂ, ਤੁਸੀਂ ਦੇਖ ਰਹੇ ਹੋ। ਪਹਿਲਾਂ ਮੈਂ ਤੇਲ ਪਾਇਆ, ਜੀਰਾ ਪਾਇਆ, ਅਤੇ ਆ ਇਹ ਲਸਣ, ਪਿਆਜ਼ ਅਤੇ ਅਦਰਕ, ਇਹਨਾਂ ਨੂੰ ਆਪਾਂ ਥੋੜ੍ਹਾ ਜਿਹਾ ਬਰਾਊਨ ਕਰ ਲੈਂਦੇ ਹਾਂ, ਅਤੇ ਆਪਾਂ ਬਣਾਵਾਂਗੇ। ਕੱਲ੍ਹ ਤੁਸੀਂ ਦੇਖਿਆ ਹੋਣਾ ਮੈਂ ਤੋੜੀਆਂ ਸੀ ਘਰ ਦੀਆਂ ਫਲੀਆਂ, ਤੋੜੀਆਂ ਸੀ ਅਤੇ ਆਲੂ ਵਿੱਚ ਥੋੜ੍ਹੇ ਜਿਹੇ ਪਾ ਲਏ ਨੇ, ਅਤੇ ਸਾਡੀ ਦੁਪਹਿਰ ਦੀ ਸਬਜ਼ੀ ਦਾ ਡੰਗ ਹੋ ਜਾਣਾ। ਇੱਧਰ ਮੈਂ ਲਏ ਆ ਮਸਾਲੇ, ਲੂਣ ਹੈ, ਹਲਦੀ ਹੈ, ਗਰਮ ਮਸਾਲਾ, ਅਤੇ ਇੱਕ ਮੈਂ ਲਿਆ ਉਹ ਟਿੱਕਾ ਮਸਾਲਾ, ਉਹ ਪਾਵਾਂਗੀ ਥੋੜ੍ਹਾ ਜਿਹਾ ਵਿੱਚ ਮੈਂ। ਅਤੇ ਅੱਜ ਮੈਂ ਸੋਚਿਆ ਤੜਕੇਦਾਨੀ ਸੀ ਲਾ ਲੈਂਦੀ ਹਾਂ ਮੈਂ। ਮਿਕਸ ਵੈਜੀਟੇਬਲ ਵੀ ਲਿਆ ਮਸਾਲਾ ਸ਼ਾਇਦ, ਮਿਕਸ ਵੈਜੀਟੇਬਲ ਸਬਜ਼ੀਆਂ ਵਾਸਤੇ ਹੁੰਦਾ ਉਹ ਪਿਆ, ਜ਼ਿਆਦਾ ਮਸਾਲੇ ਨਹੀਂ ਮੈਂ ਪਾਉਂਦੀ ਫਿਰ। ਟਿੱਕਾ ਮਸਾਲਾ ਤਾਂ ਮੀਟ ਵਾਸਤੇ ਹੁੰਦਾ, ਮੈਂ ਤਾਂ ਪਾ ਲੈਂਦੀ ਹੁੰਦੀ ਹਾਂ, ਟੇਸਟ ਆ ਜਾਂਦਾ ਸਬਜ਼ੀ ਦਾ। ਉਹ ਤਾਂ ਸਬਜ਼ੀ ਦਾ ਟੇਸਟ ਆ ਜਾਂਦਾ। ਹੁਣ ਮੀਂਹ ਪੈ ਰਿਹਾ ਸੀ ਬਾਅਦ ਜਦੋਂ ਤੁਸੀਂ ਆਏ ਹੋ, ਬਾਹਰ ਤਾਂ ਧੁੱਪ ਨਿਕਲ ਆਈ ਹੈ। ਪਰ ਅੱਜ ਸਾਰਾ ਦਿਨ ਮੀਂਹ ਨਹੀਂ ਹੈਗਾ ਮੇਰਾ ਖਿਆਲ, ਇੱਦਾਂ ਹੀ ਹੈ।
ਹੈ? ਪਤਾ ਨਹੀਂ, ਮੈਂ ਨਹੀਂ ਦੇਖਿਆ ਸਰ। ਮੈਂ ਗੋਡ ਨੂੰ ਰਿਕੁਐਸਟ ਕੀਤੀ, ਮੈਂ ਜਾਣਾ ਘਰ। ਕੱਲ੍ਹ ਮੈਂ ਫਾਤਰੀ ਨੂੰ ਕਿਹਾ ਸੀ, ਸੋਰੀ ਫਾਤਰੀ ਨੂੰ ਮੈਂ ਨਹੀਂ ਕਿਹਾ, ਫਾਤਰੀ ਨੂੰ ਕਹਿ ਰਹੀ ਸੀ 2 ਦਿਨ ਮੀਂਹ ਪੈਣਾ ਅੱਜ ਅਤੇ ਕੱਲ੍ਹ, ਪਰ ਰਾਤ ਤਾਂ ਬਹੁਤ ਗਰਮੀ ਲੱਗ ਰਹੀ ਸੀ। ਪਹਿਲਾਂ ਮੈਂ ਸੋਚਿਆ ਪੱਖਾ ਚਲਾਵਾਂ, ਫਿਰ ਮੈਂ ਪੱਖਾ ਤਾਂ ਨਹੀਂ ਚਲਾਇਆ, ਮੈਂ ਕਿਹਾ ਬਾਰੀ ਖੋਲ੍ਹ ਲੈਂਦੇ ਹਾਂ। ਇਹ ਕੜਾਈ ਦਾ ਕੰਮ ਦੇ ਰਹੀ ਹੈ ਸਾਨੂੰ ਇਹ, ਹੈ ਨਾ? ਐਤਕੀ ਯਾਰ ਇਹ ਬਿੱਗ ਵਨ ਹੈ, ਉਹ ਯਾਦ ਰੱਖਿਓ, ਆਪਾਂ ਕੜਾਈ ਲੈ ਕੇ ਆਉਣੀ ਹੈ। ਕੜਾਈ ਹੋਵੇ ਜਿਹਦਾ ਪਲੇਨ ਹੋਵੇ, ਪਲੇਨ ਹੋਵੇ ਥੱਲਾ। ਕਿਉਂਕਿ ਚੁੱਲ੍ਹਾ ਹੋਰ ਤਰੀਕੇ ਦਾ, ਇਹਦੇ 'ਤੇ ਗੈਸ ਵਾਲਿਆਂ 'ਤੇ ਤਾਂ ਚੱਲ ਜਾਂਦੀ ਹੈ, ਹੈਂ? ਆਖਾਂ ਗੈਸ ਵਾਲਿਆਂ 'ਤੇ ਤਾਂ ਚੱਲ ਜਾਂਦੀ ਹੈ। ਹੁਣ ਆਪਣੇ ਪਿਆਜ਼ ਬਰਾਉਨ ਹੋ ਰਹੇ ਨੇ, ਅਤੇ ਇਹਨਾਂ ਨੂੰ ਮੈਂ ਜ਼ਿਆਦਾ ਤਾਂ ਨਹੀਂ ਸਾੜਾਂਗੀ, ਹੁਣ ਮੈਂ ਵਿੱਚ ਮਸਾਲੇ ਐਡ ਕਰ ਦਿੰਦੀ ਹਾਂ। ਅਤੇ ਤੁਸੀਂ ਦੋਸਤੋ ਆਪਣੀ ਮਰਜ਼ੀ ਅਨੁਸਾਰ ਜਿਹੜੇ ਮਸਾਲੇ ਪਾਉਣੇ ਚਾਹੁੰਦੇ ਹੋ ਪਾ ਸਕਦੇ ਹੋ। ਇਸ ਤੋਂ ਬਾਅਦ ਮੇਰੇ ਕੋਲ ਆਇਆ ਹੈ ਟਮਾਟਰਾਂ ਦਾ ਪੇਸਟ, ਇਹ ਆਪਾਂ ਐਡ ਕਰ ਦਿੰਦੇ ਹਾਂ। ਪੇਸਟ ਫਰਿੱਜ 'ਚ ਸੀ, ਮੈਂ ਕਿਹਾ ਜ਼ਿਆਦਾ ਫਿਰ ਮਿੱਠੀ ਵੀ ਬਣ ਜਾਂਦੀ ਕਈ ਵਾਰੀ ਸਬਜ਼ੀ, ਜੇ ਜ਼ਿਆਦਾ ਪਾ ਲਿਆ ਇਹ ਪਾ ਲਾਂ, ਉਹ ਸਬਜ਼ੀ ਮਿੱਠੀ ਵੀ ਬਣ ਜਾਂਦੀ ਹੈ। ਇਹਨਾਂ ਨੂੰ ਆਪਾਂ ਹਿਲਾਉਂਦੇ ਹਾਂ ਹੁਣ ਥੋੜ੍ਹੀ ਦੇਰ, ਬੰਦ ਹੋ ਗਿਆ ਉਹ। ਬੰਦ ਨਹੀਂ, ਉਦਾਂ ਦੀ ਸਕਰੀਨ ਬਿਲਕੁਲ ਕਾਲੀ ਜਿਹੀ ਦਿਸ ਰਹੀ ਹੈ। ਅੱਛਾ, ਉਹਦਾ ਅਰਥ ਹੈ ਦੇਖ ਲੈਂਦੀ ਹਾਂ ਮੈਂ। ਅਤੇ ਹੁਣ ਆਪਾਂ ਪਾ ਦਿੰਦੇ ਹਾਂ ਇਹਦੇ ਵਿੱਚ ਫਲੀਆਂ, ਆਲੂ ਜੋ ਕਿ ਪਹਿਲਾਂ ਮੈਂ ਕੱਟ ਕੇ ਤਿਆਰ ਕਰ ਲਏ ਸੀ, ਫਲੀਆਂ ਅਤੇ ਆਲੂ ਦੀ ਸਬਜ਼ੀ ਬਣੇਗੀ ਅੱਜ। ਅਤੇ ਬਾਕੀ ਇਹ ਵੀ ਆਪ ਘਰ ਦੀ ਤੋੜੀ ਹੈ, ਤਾਂ ਇਹਦਾ ਸਵਾਦ ਹੀ ਬਹੁਤ ਵੱਖਰਾ ਹੀ ਹੋਣਾ ਹੈ। ਹੋ ਗਏ ਸੀ ਹੋਰ, ਅਸੀਂ 2-3 ਵਾਰੀ ਬਣਾਏ ਨੇ ਮਟਰਾਂ ਦੇ ਚੌਲ। ਅੱਛਾ, ਮਟਰਾਂ ਦੀ ਸਬਜ਼ੀ ਵੀ ਖਾਧੀ ਅਸੀਂ। ਅੱਛਾ, ਇੱਥੇ ਪਿੱਛੇ ਵੀ ਬੀਜੇ ਸੀ, ਅੱਗੇ ਵੀ ਬੀਜੇ ਸੀ। ਅੱਗੇ ਅਜੇ ਵਧੀਆ ਹੋ ਜਾਂਦੀ ਹੈ ਚੀਜ਼, ਅੱਗੇ ਇਸ ਕਰਕੇ ਕਿਉਂਕਿ ਅੱਗੇ ਧੁੱਪ ਪੈਂਦੀ ਹੈ। ਸਾਰੀ ਕਿਤੇ ਆਪਣੇ ਕੋਲ ਥੋੜ੍ਹੀ ਹੈ।
ਜੋ ਕੁਛ ਵੀ ਮਾਲਕ ਦਾ ਦਿੱਤਾ ਸ਼ੁਕਰ ਹੈ। ਤੇ ਅੱਗੇ ਹੁਣ ਆਪਾਂ ਢੱਕਣ ਕਰ ਦਿੰਦੇ ਹਾਂ ਬੰਦ, ਤੇ ਇਹਨੂੰ ਆਪਾਂ ਸਲੋ ਕਰ ਦਿੰਦੇ ਹਾਂ। ਇੱਥੋਂ ਮੈਂ ਦੱਬ ਦਿਆਂਗੀ ਤੇ ਇੱਧਰੋਂ ਮਾਈਨਸ। ਆਪਣੀ ਗਵਾਂਢਣ ਜਿਹੜੀ ਅਲਵਿਦਾ ਹੋ ਗਈ ਦੁਨੀਆ ਤੋਂ, ਉਹਨੂੰ ਵੀ ਕਿਹਾ ਸੀ ਵੀ ਸਾ ਮਾਇਸਤਾ ਮਟਰ, ਤੇ ਮੈਂ ਇਹਨੂੰ ਹੁਣ ਸਲੋ ਅੱਗ ਤੇ ਕਰ ਦਿੱਤਾ। ਢੱਕਣ ਆਪਾਂ ਨੇ ਕਰ ਦਿੱਤਾ ਬੰਦ, ਤੇ ਤਕਰੀਬਨ 10 ਮਿੰਟ ਦੇ ਅੰਦਰ ਸਬਜ਼ੀ ਤਿਆਰ ਹੈ ਆਪਣੀ। ਤੇ ਤੁਸੀਂ ਵੀ ਜ਼ਰੂਰ ਆਪਣੇ ਘਰ ਟਰਾਈ ਕਰਿਓ, ਬਣਾਇਓ ਅਤੇ ਖਾਇਓ, ਇੰਜੋਏ ਕਰਿਓ। ਓਕੇ ਦੋਸਤੋ, ਉਮੀਦ ਕਰਦੀ ਹਾਂ ਕਿ ਤੁਹਾਨੂੰ ਮੇਰੀ ਇਹ ਵੀਡੀਓ ਜ਼ਰੂਰ ਪਸੰਦ ਆਏਗੀ। ਅਤੇ ਮੇਰੀ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਸਬਸਕ੍ਰਾਈਬ ਕਰਿਓ ਅਤੇ ਬੈਲ ਵਾਲਾ ਬਟਨ ਜ਼ਰੂਰ ਦਬਾਇਓ। ਗੋਡ ਬਲੈਸ ਯੂ ਆਲ, ਬਾਏ। ਅਸੀਂ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ, ਲਾਈਕ ਕਰਿਓ, ਸ਼ੇਅਰ ਕਰਿਓ। ਅਸੀਂ 100 ਪਤੀ ਬਣੀਏ, ਫਿਰ ਅਸੀਂ 1000 ਪਤੀ ਬਣੀਏ, ਫਿਰ ਅਸੀਂ 1 ਲੱਖ ਪਤੀ ਬਣੀਏ, ਫਿਰ ਅਸੀਂ 1 ਕਰੋੜ ਪਤੀ ਬਣੀਏ, ਫਿਰ ਅਸੀਂ 1 ਅਰਬ ਪਤੀ ਬਣੀਏ। ਅਤੇ ਪਰ ਕਿਸੇ ਦੇ ਪਤੀ ਤਾਂ ਤੁਸੀਂ ਆਏ ਹੋ ਨਾ, ਪਤੀ ਤਾਂ ਉਹ ਪਤੀ ਹੋਰ ਹੁੰਦਾ, ਆਪਾਂ ਮਤਲਬ ਨੋਟਾਂ ਵਾਲੇ ਪਤੀ ਕਹਿ ਰਹੇ ਹਾਂ। ਅਤੇ ਤੁਹਾਡੀ ਭੈਣ ਭਰਾਵਾਂ ਦੀ ਸਪੋਰਟ ਚਾਹੀਦੀ ਹੈ, ਸਪੋਰਟ ਚਾਹੀਦੀ ਹੈ ਸਾਨੂੰ। ਅਤੇ ਜਿੰਨੇ ਵੀ ਤੁਸੀਂ ਸੁਣ ਰਹੇ ਹੋ, ਦੇਖ ਰਹੇ ਹੋ, ਅਤੇ ਰਿਕੁਐਸਟ ਹੈ ਸਾਡੀ ਬੁੱਢਿਆਂ ਦੋ ਬੁੱਢਿਆਂ ਦੀ ਕਿ ਨਹੀਂ। ਓਕੇ ਦੋਸਤੋ, ਗੋਡ ਬਲੈਸ ਯੂ ਆਲ, ਬਾਏ।